ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਦਾ ਖਾਸ ਤੌਰ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ, ਸਾਡੇ ਕਿਉਂਕਿ ਨਾਲ ਦੇ ਗਵਾਂਢੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਮੈਨੂੰ ਬੀਜੇਪੀ ਚ ਮੌਕਾ ਦਿੱਤਾ, ਤੇ ਖਾਸ ਤੌਰ ਤੇ ਅੱਜ ਜੁਆਇਨ ਕਰਾਉਣ ਵੇਲੇ ਵਿਨੋਦ ਤਾਬੜੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ, ਉਹਨਾਂ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਸਾਡੇ ਸੰਜੇ ਜੀ, ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਸਾਡੇ ਓਮ ਪਟਨਾਇਕ ਜੀ, ਉਹਨਾਂ ਦਾ ਧੰਨਵਾਦੀ ਹਾਂ। ਜਿਵੇਂ ਕਿ ਜਨਰਲ ਸੈਕਟਰੀ ਸਾਹਿਬ ਨੇ ਗੱਲ ਕਹੀ ਆ ਵੀ ਮੈਂ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦਾ ਗ੍ਰੈਂਡ ਸਨ, ਆ ਪੋਤਾ ਏ। ਮੈਂ ਬੜੇ ਹਾਲਾਤ ਪੰਜਾਬ ਦੇ, ਮਾੜੇ ਵੀ ਹਾਲਾਤ ਦੇਖੇ ਆ, ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ। ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ, ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ, ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਨੇਗੇ। ਅਸੀਂ ਜੋ ਕੁਛ ਪੰਜਾਬ ਵਾਲੇ ਲੈ ਸਕਦੇ ਹਾਂ, ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ, ਤੇ ਅਸੀਂ ਉਹ ਬ੍ਰਿਜ ਬਣ ਕੇ, ਉਹ ਪੁਲ ਬਣ ਕੇ ਕੰਮ ਕਰਾਂਗੇ ਵੀ ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਦੇ ਮਜ਼ਦੂਰਾਂ ਲਈ, ਪੰਜਾਬ ਦੀ ਇੰਡਸਟਰੀ ਲਈ, ਪੰਜਾਬ ਦੇ ਦੁਕਾਨਦਾਰਾਂ ਲਈ, ਜਿਹੜੀ ਇੱਕ ਬਹੁਤ ਵੱਡਾ ਉੱਥੇ ਲੋੜ ਆ ਇਸ ਗੈਪ ਨੂੰ ਭਰਨ ਲਈ, ਇੱਕ ਬ੍ਰਿਜ ਬਣ ਕੇ ਕਰਾਂਗੇ। ਹੁਣ ਮੈਂ ਹਿੰਦੀ ਚ ਬਹੁਤ ਹੀ ਜਾਂ ਸ਼ੁਕਰਗੁਜ਼ਾਰ ਹਾਂ ਹਮਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾ। ਮੇਰੇ ਬਹੁਤ ਹੀ ਗਹਿਰੇ ਨਿੱਜੀ ਸੰਬੰਧ ਪਿਛਲੇ 10 ਸਾਲ ਸੇ ਸ਼੍ਰੀ ਅਮਿਤ ਸ਼ਾਹ ਜੀ, ਹਮਾਰੇ ਸਾਥ ਕੇ ਪ੍ਰਦੇਸ਼ ਕੇ ਪ੍ਰਧਾਨ ਜੇਪੀ ਨੱਡਾ ਸਾਹਿਬ, ਹਮਾਰੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਅਭੀ ਜੁਆਇਨ ਕਰਾਇਆ ਵਿਨੋਦ ਤਾਬੜੇ ਜੀ, ਸੰਜੇ ਜੀ ਔਰ ਖਾਸ ਤੌਰ ਓਮ ਪਾਠਕ ਜੀ। ਮੈਂ ਇੱਕ ਹੀ ਬਾਤ ਕਹੂੰਗਾ ਵੀ ਮੈਂ ਵੀ ਇੱਕ ਸ਼ਹੀਦ ਪਰਿਵਾਰ ਸੇ ਸਰਦਾਰ ਬੇਅੰਤ ਸਿੰਘ ਜੀ, ਮੁੱਖ ਮੰਤਰੀ ਥੇ ਪੰਜਾਬ ਮੇਂ ਬਹੁਤ ਅੰਧੇਰੇ ਕਾ ਸਮੇਂ ਵੀ ਦੇਖਾ ਹੈ ਪੰਜਾਬ ਮੇਂ, ਔਰ ਕੈਸੇ ਪੰਜਾਬ ਕੋ ਠੀਕ ਕੀ ਹੈ ਵੋ ਵੀ ਦੇਖਾ ਹੈ। ਤੋ ਆਜ ਮੈਂ ਇਹ ਬੜੇ ਵਿਸ਼ਵਾਸ ਸੇ ਕਹਿ ਸਕਤਾ ਹੂੰ, ਜੋ ਮੈਨੇ ਪਿਛਲੇ 10 ਸਾਲ ਸੇ ਚਾਹੇ ਪ੍ਰਧਾਨ ਮੰਤਰੀ ਮੋਦੀ ਜੀ ਹੋ, ਅਮਿਤ ਸ਼ਾਹ ਜੀ ਹੋ, ਬਹੁਤ ਜ਼ਿਆਦਾ ਪੰਜਾਬ ਕੇ ਲੀਏ ਉਨਕਾ ਪਿਆਰ ਹੈ ਔਰ ਬਹੁਤ ਕੁਛ ਕਰਨਾ ਚਾਹ ਰਹੇ ਔਰ ਕਰਨਾ ਚਾਹਤੇ ਥੇ, ਲੇਕਿਨ ਬਾਕੀ ਸਟੇਟ ਆਜ ਕਹਾਂ ਕੀ ਕਹਾਂ ਚਲੀ ਗਈ। ਇੱਕ ਗੈਪ ਪੰਜਾਬ ਮੇਂ ਜੋ ਇੱਕ ਪੁਲ ਕਾ ਬ੍ਰਿਜ ਕਾ ਕਾਮ ਕਰਨੇ ਕੀ ਜ਼ਰੂਰਤ ਹੈ, ਕਿਸਾਨੋਂ ਕੋ ਸਾਥ ਲਾਨੇ ਕੀ, ਵਹਾਂ ਕੇ ਮਜ਼ਦੂਰੋਂ ਕੋ ਸਾਥ ਲਾਨੇ ਕੀ, ਵਹਾਂ ਕੇ ਦੁਕਾਨਦਾਰ ਇੰਡਸਟਰੀਜ਼ ਕੋ ਸਾਥ ਲਾਨੇ ਕੀ, ਵੋ ਕਾਮ, ਕਿਉਂਕਿ ਸਰਕਾਰ 10 ਸਾਲ ਰਹੀ, ਆਗੇ ਵੀ ਲੋਗੋਂ ਨੇ ਫੈਸਲਾ ਜੋ ਕੀਆ ਹੈ ਵੋ ਸਰਕਾਰ ਮੋਦੀ ਜੀ ਕੀ ਬਨਨੀ ਹੈ। ਤੋ ਹਮ ਕਿਉਂ ਪੀਛੇ ਰਹੇ, ਹਮਾਰੀ ਪੰਜਾਬ ਕਿਉਂ ਪੀਛੇ ਰਹੇ, ਤੋ ਇਸੇ ਦੇਖਤੇ ਹੋਏ ਬਹੁਤ, ਚਾਹੇ ਹਮਾਰੇ ਕੈਪਟਨ ਅਮਰਿੰਦਰ ਸਿੰਘ ਹੋ, ਸੁਨੀਲ ਜਾਖੜ ਜੀ ਹੋ, ਬਹੁਤ ਅੱਛਾ ਪੰਜਾਬ ਮੇਂ, ਚਾਹੇ ਬੀਜੇਪੀ, ਮੈਂ ਜਾਣਤਾ ਹੂੰ ਸਾਰੇ ਪੁਰਾਣੇ ਲੀਡਰਸ਼ਿਪ ਕੋ ਜਿਨ੍ਹਾਂ ਨੇ ਟੈਰਰਿਜ਼ਮ ਟਾਈਮ ਕਾਮ ਕੀਆ ਥਾ,
ਮੇਰੇ ਦਾਦਾ ਜੀ ਕੇ ਸਾਥ, ਚਾਹੇ ਮਦਨ ਮੋਹਨ ਮਿੱਤਲ ਜੀ ਹੋਣ, ਚਾਹੇ ਹਮਾਰੇ ਲਕਸ਼ਮੀਕਾਂਤ ਚਾਵਲਾ ਜੀ ਆਜ ਹੋ, ਬਹੁਤ ਮਜ਼ਬੂਤੀ ਸੇ ਉਨ ਲੋਗੋਂ ਨੇ ਉਸ ਟਾਈਮ ਕਾਮ ਕੀਆ ਥਾ, ਸਾਰੀ ਬੀਜੇਪੀ ਆਰਐਸਐਸ ਨੇ ਮਿਲ ਕੇ ਪੰਜਾਬ ਕੋ ਸ਼ਾਂਤ ਕੀਆ ਥਾ। ਤੋ ਉਸੀ ਤਰੀਕੇ ਸੇ ਹਮ ਚਾਹਤੇ ਹੈ ਵਹੀ ਭਾਈਚਾਰਾ, ਵਹੀ ਪਿਆਰ, ਵਹੀ ਆਪਸੀ ਪਿਆਰ, ਜੈਸੇ ਦੇਸ਼ ਮੇਂ ਪੰਜਾਬ ਮੇਂ ਉਹ ਬਨੇ। ਕੋਈ ਐਸੀ ਬਾਤ ਨਹੀਂ ਹੈ, ਕੋਈ ਕਿਸਾਨੋ ਸੇ ਜਾਂ ਕਿਸੀ ਔਰ ਸੇ ਕੋਈ ਪਿਆਰ ਨਹੀਂ ਹੈ, ਯੇ ਮੈਂ ਪਾਰਲੀਮੈਂਟ ਮੇਂ ਦੇਖਤਾ ਰਹਾ ਹੂੰ। ਲੇਕਿਨ ਇੱਕ ਟਾਈਮ ਥਾ ਅਕਾਲੀ ਦਲ ਨੇ ਯੇ ਬਿਲ ਕੇ ਐਸਾ ਬਿੱਲ ਲੈ ਕੇ ਆਏ ਔਰ ਸਪੋਰਟ ਕਰ ਦਿਆ, ਜਿਸਸੇ ਯੇ ਗਮਰਾ ਕਰ, ਔਰ ਅਬ ਉਸਸੇ ਪੀਛੇ ਹਟ ਗਏ, ਪੀਛੇ ਅਕਾਲੀ ਦਲ ਹੈ। ਤੋ ਹਮ ਅੱਛੀ ਤਰ੍ਹਾਂ ਹਰ ਪੰਜਾਬ ਕੇ ਵਰਗ ਕੋ ਦਿੱਲੀ ਸੇ ਮੋਦੀ ਜੀ ਸੇ ਔਰ ਬੀਜੇਪੀ ਸੇ ਜੋੜੇਂਗੇ। ਇਨ੍ਹੀਂ ਸ਼ਬਦੋਂ ਸੇ ਮੈਂ ਆਪਕਾ ਬਹੁਤ ਬਹੁਤ ਆਭਾਰ ਪ੍ਰਗਟ ਕਰਤਾ ਹੂੰ, ਖਾਸ ਤੌਰ ਤੇ ਫਿਰ ਇੱਕ ਵਾਰ ਹਮਾਰੇ ਵਿਨੋਦ ਤਾਵੜੇ ਜੀ ਕਾ ਔਰ ਸਾਰੀ ਟੀਮ ਕਾ ਔਰ ਮੀਡੀਆ ਕਾ ਮੈਂ ਬਹੁਤ ਹੀ ਬਹੁਤ ਆਭਾਰ ਪ੍ਰਗਟ ਕਰਤਾ ਹੂੰ। ਥੈਂਕ ਯੂ, ਬਹੁਤ ਬਹੁਤ ਧੰਨਵਾਦ।